ਹੈਲੋ ਆਦਾਬ ਨਮਸਤੇ ਸਸਰੀਆਂ ਕਾਲਜੀ ਦੋਸਤੋ ਕੀ ਹਾਲ ਚਾਲ ਨੇ ਹੋਪ ਕਰਨਾ ਤੁਸੀਂ ਆਪਣੀ ਜਗ੍ਹਾ ਤੇ ਸਭ ਠੀਕ ਠਾਕ ਹੋਵੋਗੇ ਤੇ ਦੋਸਤੋ ਤਾਜ਼ਾ ਤਰੀਨ ਫਟਾਫਟ ਵਾਲੀਆਂ ਖਬਰਾਂ ਫੇਰ ਲੈ ਕੇ ਹਾਜ਼ਰ ਹੋ ਗਏ ਆ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਕਿਸਾਨਾਂ ਦੀ ਮੀਟਿੰਗ ਹੋਵੇਗੀ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਪਿਛਲੀਆਂ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਜਿਹਾ ਕੋਈ ਹੱਲ ਨਹੀਂ ਨਿਕਲਿਆ ਪਰ ਕੱਲ ਦੀ ਮੀਟਿੰਗ ਤੇ ਸਾਨੂੰ ਕਾਫੀ ਆਸਾਂ ਨੇ ਦੇਖੋ ਹੁਣ ਕੀ ਗਵਰਨਮੈਂਟ ਫੈਸਲਾ ਲੈਂਦੀ ਏ ਜਿੱਦਾਂ ਕਿ ਕਿਸਾਨਾਂ ਨੇ ਤੇ ਆਪਣੀਆਂ ਜੋ ਮੰਗਾ ਸੀ ਉਹ ਇੱਕ ਪੱਤਰ ਦੇ ਵਿੱਚ ਲਿਖ ਕੇ ਪਹਿਲਾਂ ਹੀ ਭੇਜ ਦਿੱਤੀਆਂ ਗਈਆਂ ਨੇ ਕਿ ਜੇਕਰ ਤੁਸੀਂ ਸਾਡੇ ਨਾਲ ਕੋਈ ਵੀ ਮੀਟਿੰਗ ਕਰਨੀ ਹੈ ਮੈਂ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਗਿਆ ਸੀ ਕਿ ਕੋਈ ਵੀ ਮੀਟਿੰਗ ਕਰਨੀ ਤੇ ਇਹ ਚਾਰ ਸ਼ਰਤਾਂ ਦਾ ਹੱਲ ਸਾਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਦੇਖੋ ਹੁਣ ਕੱਲ ਕੀ ਹੁੰਦਾ ਹੈ ਕਿਸਾਨਾਂ ਦੀ ਮੀਟਿੰਗ ਦੇ ਨਾਲ ਪਰ ਤੁਹਾਨੂੰ ਇਹ ਦੱਸਣ ਤੇ ਸਾਨੂੰ ਬੜਾ ਅਫਸੋਸ ਹੁੰਦਾ ਹੈ ਕਿ ਇਸ ਕਿਸਾਨ ਸੰਘਰਸ਼ ਦੇ ਵਿੱਚ 40 ਤੋਂ 45 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਮੌਤ ਕੀ ਸ਼ਹੀਦ ਹੋ ਚੁੱਕੇ ਨੇ ਉਹ ਮਾਫ ਕਰਨਾ ਮੌਤ ਕਿਹਾ ਸ਼ਹੀਦ ਹੋ ਚੁੱਕੇ ਨੇ ਕਿਉਂਕਿ ਜਿਹੜੇ ਵੀ ਕੋਈ ਜੰਗਾਂ ਹੁੰਦੀਆਂ ਨੇ ਜਾਂ ਕੋਈ ਵੀ ਆਪਣੇ ਦੇਸ਼ ਦੀ ਰਖਵਾਲੀ ਇੱਕ ਸਾਹ ਦੀ ਕਿਸਾਨ ਜੋ ਕਰ ਰਹੇ ਨੇ ਇੱਕ ਦੇਸ਼ ਦੀ ਰਖਵਾਲੀ ਹੈ ਢੀਆਂਣ ਵਾਲੀਆਂ ਪੀੜ੍ਹੀਆਂ ਦੀ ਰਖਵਾਲੀ ਇਸ ਕਰਕੇ ਇਹਨਾਂ ਨੂੰ ਸ਼ਹੀਦੀ ਸ਼ਹੀਦੀ ਨਾ ਹੀ ਦੇਣਾ ਚਾਹੀਦਾ ਹੈ ਤੇ ਤੁਹਾਨੂੰ ਪਤਾ ਹੈ ਕਿ 40 ਤੋਂ 45 ਲੋਕ ਸ਼ਹੀਦ ਹੋ ਚੁੱਕੇ ਹਨ ਪਰ ਗਵਰਨਮੈਂਟ ਦੇ ਕੰਤੇ ਜੂਨ ਹੀ ਰਿੰਗਦੀ ਵੀ ਦੇਖੋ ਹੁਣ ਗਾਂ ਗਵਰਨਮੈਂਟ ਕੱਲ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਂਦੀ ਹੈ ਦੋਸਤੋ ਐਫਸੀਆਈ ਇੱਕ ਕੰਪਨੀ ਇੰਡੀਆ ਦੇ ਵਿੱਚ ਇਹਦਾ ਮੀਨ ਇਹ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 1965 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ ਜਿਹੜੀ ਕਿਸਾਨਾਂ ਤੋਂ ਮਿਨੀਮਮ ਰਿਟੇਲ ਪ੍ਰਾਈਸ ਤੇ ਚੀਜ਼ਾਂ ਖਰੀਦੀ ਸੀ ਜਿੱਦਾਂ ਕਣਕ ਦੂਜੀਆਂ ਲੋੜੀਂਦੀਆਂ ਚੀਜ਼ਾਂ ਖਰੀਦੀ ਸੀ ਤੇ ਭੰਡਾਰਨ ਰੱਖਦੀ ਸੀ ਤੇ ਜਿਹੜੀ ਗਵਰਨਮੈਂਟ ਨੂੰ ਥੋੜੇ ਸਸਤੇ ਮਤਲਬ ਕਿਸਾਨਾਂ ਤੋਂ ਸਸਤੇ ਭਾਅ ਲੈਂਦੀ ਹੁੰਦੀ ਸੀ ਤੇ ਉਹ ਜਿਹੜਾ ਘਾਟਾ ਹੁੰਦਾ ਸੀ ਉਹਨੂੰ ਉਹ ਕੇਂਦਰ ਸਰਕਾਰ ਉਹਨੂੰ ਉਹ ਘਾਟੇ ਨੂੰ ਪੂਰਾ ਕਰਦੀ ਹੁੰਦੀ ਸੀ ਪਰ ਜਦੋਂ ਦੀ ਮੋਦੀ ਸਰਕਾਰ ਆਈਏ ਉਸਨੇ ਘਾਟਾ ਜਿਹੜਾ ਉਹਦਾ ਘਾਟਾ ਪੈਣਿਆ ਉਹਦੇ ਉਹ ਪੈਸੇ ਦਿੰਦੀ ਨਹੀਂ ਪਈ ਜਦੋਂ ਕਿ ਇਹ ਜਿਹੜਾ ਲੈ ਕੇ ਆਉਂਦੇ ਨੇ ਸਾਲ ਦੀ ਸਾਲ ਹਰ ਇੱਕ ਚੀਜ਼ ਉਹਦੇ ਵਿੱਚ ਇਹਦਾ ਗਿਣਤੀ ਹੁੰਦੀ ਹੈ ਪਰ ਹੁਣ ਪਿਛਲੇ 4-5 ਸਾਲਾਂ ਤੋਂ ਉਹਨਾਂ ਨੂੰ ਪੈਸਾ ਨਹੀਂ ਦਿੱਤਾ ਗਿਆ ਜਿਹਦੇ ਕਾਰਨ ਉਹਦੀ ਕੰਡੀਸ਼ਨ ਬਹੁਤ ਹੀ ਮਾੜੀ ਹੋ ਚੁੱਕੀ ਹੈ ਤੇ ਉਹ ਕੰਗਾਲੀ ਦੀ ਹਾਲਤ 'ਚ ਹੋ ਚੁੱਕੀ ਹੈ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਜਿਹੜੀ ਵੀ ਕਣਕ ਜਾਂ ਝੋਨਾ ਕੁਝ ਵੀ ਖਰੀਦਦੇ ਉਹ ਤਾਂ ਜਿਹੜਾ ਭੰਡਾਰਨ ਹੁੰਦਾ ਹੈ ਐਫਸੀਆਈ ਹੀ ਕਰਦੀ ਏ ਤੇ ਗਵਰਨਮੈਂਟ ਨੇ ਪਹਿਲਾਂ ਤੋਂ ਹੀ ਪਲਾਨ ਬਣਾਏ ਹੋਏ ਉਹ ਐਫਸੀਆਈ ਐਫਸੀਆਈ ਨੂੰ ਪਹਿਲਾਂ ਤੋਂ ਕੰਗਾਲਕਰਨ 'ਚ ਤੁਲੀ ਹੋਈ ਕਿ ਜੇਦੂ ਐਫਸੀਆਈ ਨਾ ਰਿਹਾ ਕਿ ਤੇ ਮਿਨੀਮਮ ਰਿਟੇਲ ਪ੍ਰਾਈਸ ਆਟੋਮੈਟਿਕ ਖਤਮ ਹੋ ਜਾਏਗਾ ਤੇ ਜਿਹੜੇ ਐਫਸੀਆਈ ਦੇ ਗੋਦਾ ਜਿਹੜੇ ਗੋਦਾਮ ਨਹੀਂ ਉਹ ਪਹਿਲਾਂ ਹੀ ਅਡਾਨੀ ਦੇ ਜਿਹੜਾ ਅਡਾਨੀ ਗਰੁੱਪ ਹੈ ਉਹਨੇ ਪਹਿਲਾਂ ਹੀ ਲੈ ਕੇ ਰੱਖੇ ਨੇ ਤੇ ਜੋ ਵੀ ਮਾਲ ਆਏਗਾ ਸਿੱਧਾ ਅਡਾਨੀ ਗਰੁੱਪ ਦੇ ਵਿੱਚ ਹੀ ਚਲੇ ਜਾਏਗਾ ਇਹ ਸਰਕਾਰ ਦੀ ਪਹਿਲਾਂ ਤੁਸੀਂ ਪਲੈਨਿੰਗ ਸੀ ਬੜੇ ਚਿਰਾਂ ਦੀ ਪਲੈਨਿੰਗ ਬਣਾ ਰਹੀ ਉਹਦੇ ਬਾਦੂ ਇੱਕ ਕਾਨੂੰਨ ਲੈ ਕੇ ਆਂਦੇ ਅਸਲ ਚ ਉਹਨੇ ਕਾਨੂੰਨ ਨੂੰ ਅਪਲਾਈ ਕਰਨਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਏ ਕਿ ਐਫਸੀਆਈ ਨੂੰ ਕੰਗਾਲ ਕਰ ਦੋ ਜਦੋਂ ਐਫਸੀਆਈ ਕੋਲ ਕੁਸ਼ਣ ਨਾ ਰਹੇਗਾ ਕਿਸਾਨ ਮਜਬੂਰੀ ਚ ਪ੍ਰਾਈਵੇਟ ਖੇਤਰ ਦੇ ਵਿੱਚ ਜਾਏਗਾ ਪ੍ਰਾਈਵੇਟ ਲੋਕਾਂ ਨੂੰ ਆਪਣੀ ਚੀਜ਼ ਵੇਚੇਗਾ ਤੇ ਪ੍ਰਾਈਵੇਟ ਨੇ ਜਿਹੜੇ ਉਹ ਉਸ ਨੂੰ ਇਕੱਠਾ ਕਰਕੇ ਗੋਦਾਮ ਬਣਾ ਕੇ ਤੇ ਮਹਿੰਗੇ ਭਾਅ ਵੇਚੇਗਾ ਜਿੱਦਕੇ ਤੁਹਾਨੂੰ ਪਤਾ ਹੈ ਕਿ Jio ਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਬਾਈਕਾਟ ਚੱਲ ਰਿਹਾ ਹੈ ਇੱਕ ਖਬਰ ਮੁਤਾਬਕ 1 ਕਰੋੜ 25 ਲੱਖ ਲੋਕਾਂ ਨੇ Jio ਦਾ ਨੰਬਰ ਪੋਰਟ ਕਰ ਲਿਆ ਹੈ ਜੋ ਬਹੁਤ ਹੀ ਵਧੀਆ ਗੱਲ ਹੈ ਤੇ Jio ਦੇ ਬਹੁਤ ਜ਼ਿਆਦਾ ਪੈਟਰੋਲ ਪੰਪੇ ਜਿਨ੍ਹਾਂ ਦੇ 70% ਜਿਹੜਾ ਤੇਲ ਵਿਕਣਾ ਘਟ ਗਿਆ ਇਸ Jio ਦਾ Jio Player Reliance ਦਾ Reliance ਦਾ ਵੀ ਤੇਲ 'ਚ ਬਹੁਤ ਘਾਟਾ ਪੈ ਰਿਹਾ ਔਰ ਖੁਸ਼ੀ ਦੀ ਸਭ ਤੋਂ ਵੱਡੀ ਜਿਹੜੀ ਗੱਲ ਏ ਵੇ ਕਿ ਜਿਹੜਾ ਅੰਬਾਨੀ ਏ ਉਹ ਪਹਿਲੇ 10 ਅਮੀਰ ਲੋਕਾਂ ਦੀ ਲਿਸਟ ਦੇ ਵਿੱਚੋਂ ਵੀ ਬਾਹਰ ਹੋ ਗਿਆ ਏ ਇੱਥੋਂ ਪਤਾ ਲੱਗਦਾ ਏ ਕਿ ਕਿਸਾਨਾਂ ਨੇ ਜਿਹੜਾ ਅੰਦੋਲਨ ਏ ਉਹ ਕਿੱਥੇ ਤੱਕ ਮਾਰ ਕਰ ਰਿਹਾ ਏ ਹੌਲੀ-ਹੌਲੀ ਹਜੇ ਹੋਰ ਡਾਟਾ ਬਾਹਰ ਆਣਾ ਏ ਹਜੇ ਤੱਕ ਅੰਬਾਨੀ ਦਾ ਆਇਆ ਅਡਾਨੀ ਦਾ ਆਉਣ ਵਾਲਾ ਏ ਡਾਟਾ ਉਹ ਜਿਹੜਾ ਡਾਟਾ ਆਂਦਾ ਤੇ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਤੇ ਦੂਜੀ ਖਬਰ ਇਹ ਜਿਹੜੇ Jio ਦੇ ਟਾਵਰ ਨੇ ਪੰਜਾਬ ਦੇ ਵਿੱਚ ਲਗਭਗ 1800 1500 ਤੋਂ 1800 ਦੇ ਵਿੱਚ ਵਿੱਚ ਟਾਵਰ ਨੇ ਜਿਹੜੇ ਉਹ ਖਤਮ ਕਰ ਦਿੱਤੇ ਗਏ ਨੇ Jio ਦੇ ਕਈਆਂ ਦੇ ਕਨੈਕਸ਼ਨ ਬਿਜਲੀ ਕੱਟ ਦਿੱਤੀ ਗਈ ਹੈ ਕਈਆਂ ਦੇ ਖੰਭੇ ਪੱਟ ਦਿੱਤੇ ਗਏ ਨੇ ਜੋ ਵੀ ਹੁੰਦੇ ਨੇ ਉਹਨਾਂ ਦੇ ਟਾਵਰ ਉਹ ਪੱਟ ਦਿੱਤੇ ਗਏ ਨੇ ਤੇ ਇਹਦੇ ਤੋਂ ਜਿਹੜੀਆਂ ਪੰਜਾਬ ਗਵਰਨਮੈਂਟ ਕਾਂਗਰਸ ਉਹਨੂੰ ਪਤਾ ਨਹੀਂ ਕਿਉਂ ਮਰਚਾ ਲੱਗਦੀਆਂ ਭੀਆ ਉਹਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਇਦਾਂ ਨਾ ਕਰੋ ਇਹ ਇੱਕ ਨੂੰ ਗਲਤ ਇਹ ਕਾਨੂੰਨ ਦੇ ਖਿਲਾਫ ਹੈ ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਾਨੂੰਨ ਦੇ ਖਿਲਾਫ ਤੇ ਤਿੰਨ ਕਾਨੂੰਨ ਵੀ ਨੇ ਮੀਨ ਲੋਕਾਂ ਤੇ ਜਿਹੜੇ ਥੋਪੇ ਜਾ ਰਹੇ ਨੇ ਕੋਈ ਵੀ ਚੀਜ਼ ਲੋਕਾਂ ਤੇ ਥੋਪਣੀ ਕਾਨੂੰਨ ਦੇ ਖਿਲਾਫ ਹੀ ਹੁੰਦੀ ਹੈ ਤੇ ਜੇ ਕੇਂਦਰ ਗਵਰਨਮੈਂਟ ਇਹ ਕਰ ਰਹੀ ਹੈ ਆ ਬਾਨੀਆਂ ਡਾਨੀਆਂ ਦੇ ਆਖੇ ਇਲਾਕੇ ਤੇ ਜੇ ਪੰਜਾਬ ਦੇ ਲੋਕੀ ਵੀ ਕੁਝ ਕਰਦੇ ਬਣੇ ਤੇ ਉਹਨਾਂ ਨੂੰ ਕਰ ਲੈਣਾ ਚਾਹੀਦਾ ਮੈਂ ਕਿ ਤੁਸੀਂ ਜਾਣਦੇ ਹੋ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਸੁਰਖੀਆਂ 'ਚ ਰਹਿਣਾ ਪਸੰਦ ਕਰਦਾ ਏ ਆਪਣੀ ਬੇਬਾਕ ਬੋਲੀ ਕਾਰਨ ਉਹ ਲੋਕਾਂ ਦੇ ਹਮੇਸ਼ਾ ਸਾਹਮਣੇ ਆਇਆ ਰਹਿੰਦਾ ਏ ਪਰ ਕੁਝ ਕਲਾਂ ਉਹ ਕੁਝ ਹਰਕਤਾਂ ਗਲਤ ਵੀ ਕਰਦਾ ਏ ਜਿਵੇਂ ਕਿ ਉਹਨੇ ਪਿਛਲੇ ਦਿਨੀ ਹਰਕਤ ਕੀਤੀ ਏ ਕਿ ਉਹਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਇੱਕ ਛੋਲ ਆਪਣੇ ਬੁਲੇਟਿਆ ਹੋਇਆ ਸੀ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਤੇ ਇਸ ਦੀ ਸ਼ਿਕਾਇਤ ਜਿਹੜੀ ਅਕਾਲ ਤਖਤ ਸਾਹਿਬ ਦੇ ਵਿੱਚ ਕਰ ਦਿੱਤੀ ਗਈ ਏ ਤੇ ਅਕਾਲ ਤਖਤ ਸਾਹਿਬ ਨੇ ਕਿਹਾ ਏ ਕਿ ਉਹ ਇੱਕ ਆਪ ਸਿੱਖ ਏ ਉਸ ਨੂੰ ਸਿੱਖੀ ਮर्याਦਾਂ ਦਾ ਪਤਾ ਹੋਣਾ ਚਾਹੀਦਾ ਈਦਾ ਪਰ ਜੇਕਰ ਉਹਨੇ ਗਲਤੀ ਨਾਲ ਇਦਾਂ ਕਰ ਲਿਆ ਤੇ ਉਸ ਨੂੰ ਸਾਰੇ ਸਰਬੱਤ ਤੋਂ ਮਾਫੀ ਜ਼ਰੂਰ ਮੰਗਣੀ ਚਾਹੀਦੀ ਔਰ ਮੰਗਣੀ ਪੇਗੀ ਜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਬਾਬਾ ਰਾਮਦੇਵ ਬਾਬਾ ਰਾਮਦੇਵ 2014 ਦੀਆਂ ਵੋਟਾਂ ਦੇ ਵਿੱਚ ਐਨਡੀਟੀ ਇੰਡੀਅਨ ਟੀਵੀ ਤੇ ਜਿੱਦੂ ਰਿਪੋਰਟ ਉਹਦੀ ਚੱਲਣ ਧੀ ਸੀ ਇੰਟਰਵਿਊ ਉਹਦੇ ਵਿੱਚ ਕਹਿੰਦਾ ਸੀ ਲੋਕਾਂ ਤੋਂ ਪੁੱਛਦਾ ਸੀ ਕਿ ਤੁਸੀਂ ਪੈਟਰੋਲ 70 ਦਾ ਚਾਹੁੰਦੇ ਹੋ ਜਾਂ 34 ਰੁਪਏ ਦਾ ਚਾਹੁੰਦੇ ਹੋ ਬੀਜੇਪੀ ਤੇ ਤੁਹਾਨੂੰ 34 ਰੁਪਏ ਦਾ ਦੇਗੀ ਗੈਸ ਸਿਲੰਡਰ 300 ਰੁਪਏ ਦਾ ਦੇਗੀ ਹੁਣ ਹਾਲਾਤ ਇਹ ਵੇ ਕਿ ਜਿਹੜਾ ਪੈਟਰੋਲ 90 ਰੁਪਏ ਦਾ ਹੋਇਆ ਪਿਆ ਤੇ ਜਿਹੜਾ ਸਿਲੰਡਰ ਹੈ ਉਹ 800 ਰੁਪਏ ਦਾ ਹੋਇਆ ਪਿਆ ਤੇ ਲੋਕਾਂ ਨੂੰ ਵੀ ਇਹ ਪਤਾ ਲੱਗ ਗਿਆ ਹੈ ਕਿ ਇਹ ਇੱਕ ਬੀਜੇਪੀ ਦਾ ਬੰਦਾ ਹੈ ਜਿਹੜੇ ਬੀਜੇਪੀ ਦੇ ਨਾਲ 24 ਘੰਟੇ ਲੱਗਾ ਰਹਿੰਦਾ ਹੈ ਤੇ ਬੀਜੇਪੀ ਦੇ ਕਮਾਣੂ ਪ੍ਰਮੋਟ ਕਰਦਾ ਰਹਿੰਦਾ ਹੈ ਤੇ ਲੋਕਾਂ ਨੇ ਹੁਣ ਇਹ ਵੀ ਸੋਚਿਆ ਕਿ ਜਿਹੜੀ ਪਤੰਜਲੀ ਏ ਇਹਦਾ ਵੀ ਬਾਈਕਾਟ ਕਰਨਾ ਚਾਹੀਦਾ ਕਿਉਂਕਿ ਇਹ ਵੀ ਇੱਕ ਕਾਰਪੋਰੇਟ ਈ ਹੈ ਕਿਉਂਕਿ ਇਹਨੇ ਪਹਿਲਾਂ business ਸ਼ੁਰੂ ਹੌਲੀ ਹੌਲੀ ਕੀਤਾ ਗਵਰਨਮੈਂਟ ਨਾਲ ਹੜਾਲ ਕੇ ਹੁਣ ਅਰਬਾਂ ਰੁਪਏ ਦਾ ਮਾਲਕ ਬਣ ਚੁੱਕਾ ਹੈ ਤੇ ਇਹ ਲੋਕਾਂ ਨੂੰ ਲੁੱਟ ਰਿਆ ਏ ਲੋਕਾਂ ਤੋਂ 8 ਰੁਪਏ ਦੀ ਚੀਜ਼ 40 ਰੁਪਏ ਦੀ ਜਾ ਕੇ ਲੋਕਾਂ ਨੂੰ ਵੇਚ ਰਿਹਾ ਹੈ ਕਿ ਮੈਂ ਇਹਦੇ ਵਿੱਚ ਨਵੀਆਂ ਚੀਜ਼ਾਂ ਪਾ ਕੇ ਪ੍ਰੋਡਕਟ ਪਤੰਜਲੀ ਬਣ ਮਨੋਵਿਗਿਆਨਿਕ ਤੌਰ ਤੇ ਲੋਕਾਂ ਨੂੰ ਉਹਨੇ ਅਟਰੈਕਟ ਕੀਤਾ ਹੈ ਬਾਅਦੂ ਆਪਣੇ ਮਨ ਮਨ ਦੇ ਜਿਹੜੇ ਹੁੰਦੇ ਨੇ ਉਹਦੇ ਹਿਸਾਬ ਨਾਲ ਭਾਲ ਆਂਡੇ ਆ ਤੇ ਇਹਦੀਆਂ ਕਾਫੀ ਕੰਪਨੀਆਂ ਫੜੀਆਂ ਵੀ ਗਈਆਂ ਨੇ ਜਿਹਦੇ ਵਿੱਚ ਮਿਲਾਵਟੀ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਸਮਾਨ ਆਉਣ ਦੀ ਇਜਾਜ਼ਤ ਨਹੀਂ ਹੈਗੀ ਕਿਉਂਕਿ ਉਹ ਪਾਸ ਹੀ ਨਹੀਂ ਹੁੰਦਾ ਹੈਗਾ ਇੱਥੋਂ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਇਹਦੇ ਪ੍ਰੋਡਕਟ ਚ ਕਿੰਨੀ ਹਿਰਾਫੇਰੀ ਹੈ ਦੋਸਤੋ ਅੰਨਾ ਹਜ਼ਾਰੇ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਅੰਨਾ ਹਜ਼ਾਰੇ ਨੇ ਐਲਾਨ ਕੀਤਾ ਹੈ ਕਿ ਉਹ ਜਨਵਰੀ ਦੇ ਵਿੱਚ ਕਿਸਾਨ ਅੰਦੋਲਨ ਦੇ ਮਾਮਲੇ ਵਿੱਚ ਅਣਛਣ ਤੇ ਬੈਠਣਗੇ ਜਿਉਂਕਿ ਤੁਹਾਨੂੰ ਪਤਾ ਹੈ ਪਹਿਲਾਂ ਹੀ ਬੜੇ ਫੇਮਸ ਹੋਏ ਸੀ ਇਸ ਇਸ ਮਾਮਲੇ ਦੇ ਵਿੱਚ ਪਰ ਇੰਨੇ ਦਿਨ ਚੁੱਪ ਰਹਿਣ ਤੋਂ ਬਾਅਦ ਹੁਣੇ ਕਿਉਂ ਬੋਲ ਰਹੇ ਨੇ ਚਲੋ ਬੋਲ ਰਹੇ ਨੇ ਤੇ ਕਿਸਾਨਾਂ ਦੇ ਹੱਕ ਵਿੱਚ ਬੋਲਣਾ ਸੀ ਉਸ ਦਾ ਸਵਾਗਤ ਕਰਾਂਗੇ ਪਰ ਫਿਰ ਵੀ ਇਹਨਾਂ ਨੇ ਕਾਫੀ ਚੁੱਪੀ ਰੱਖ ਕੇ ਆਪਣੇ ਆਪ 'ਚ ਕੁਝ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਨੂੰ ਸਮਝ ਨਹੀਂ ਆ ਰਿਹਾ ਕਿ ਕੱਤੋਂ ਇੰਨੇ ਚਿਰ ਚੁੱਪ ਰਹੇ ਨੇ ਤੇ ਹੁਣ ਅਚਾਨਕ ਆ ਕੇ ਉਹਨਾਂ ਨੇ ਇਹ ਕਿਹਾ ਕਿ ਮੈਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਵਿੱਚ ਅੰਦੋਲਨ ਕਰਾਂਗਾ ਜਿੱਦਾਂ ਉਹਨੇ ਅੰਦੋਲਨ ਪਹਿਲਾਂ ਕੀਤੇ ਰਹੇ ਨੇ ਅਣਸ਼ੰਤੇ ਬੈਠਾਂਗਾ ਤੇ ਹੋਰ ਚੀਜ਼ਾਂ ਕਰਾਂਗਾ ਲੋਕਾਂ ਨੂੰ ਇਕੱਠੇ ਕਰਾਂਗਾ ਦੇਖੋ ਹੁਣ ਇਹਦਾ ਸੰਘਰਸ਼ ਕਿੱਥੇ ਤੱਕ ਜਾਂਦਾ ਹੈ ਤੇ ਦੋਸਤੋ ਖਬਰਾਂ ਦਾ ਬਲੀਟਨ ਇੱਥੇ ਸਮਾਪਤ ਹੋ ਜਾਂਦਾ ਹੈ ਜੇਕਰ ਤੁਹਾਨੂੰ ਸਾਡਾ ਚੈਨਲ ਪਸੰਦ ਆਉਂਦਾ ਹੈ ਸਾਡੀਆਂ ਗੱਲਾਂ ਪਸੰਦ ਆਉਂਦੀਆਂ ਤੇ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਤੇ ਤੁਹਾਡਾ ਇਹ ਚੈਨਲ ਸੁਣਨ ਲਈ ਬਹੁਤ ਬਹੁਤ ਧੰਨਵਾਦ